ਕਹਿਕੇ ਬਹਿ ਜਾ ਗੁੱਡੀ ਗੁੰਦੀ ਕਰੀ ਜਾਂਦਾ। ਹੈਲੋ ਗਾਈਸ, ਹੈਲੋ ਗਾਈਸ, ਕਿਵੇਂ ਹੋ? ਵਧੀਆ। ਤੇ ਵੀ ਤੁਹਾਡੇ ਪੁੱਛਿਆ ਤੇ ਅੱਜ ਹੈਗਾ ਮੇਰਾ ਰਿਜ਼ਲਟ। ਅੱਜ ਮੈਂ ਦੇਖਦਾ ਪਹਿਲੇ ਜੀ ਤੀਜੇ ਨੰਬਰ ਤੇ ਆਉਂਦਾ ਕਿਸੇ ਨੰਬਰ ਤੇ ਨਹੀਂ ਹੋਣਾ ਪਤਾ ਹੀ ਹੈ ਤੇ ਪੜਿਆ ਤਾਂ ਹੈ ਨਹੀਂ ਤੋਂ। ਤੇ ਅੱਜ ਗੁਰਜੇਵਕ ਦਾ ਰਿਜ਼ਲਟ ਆ। ਸੋ ਆਪਾਂ ਚੱਲੇ ਆ ਇਹਦੇ ਸਕੂਲ ਤੇ ਉਹਦੇ ਤੋਂ ਪਹਿਲਾਂ ਆਪਾਂ ਚੱਲੇ ਆ ਗੁਰਾਇਆ ਥੋੜਾ ਜਿਹਾ। ਹਾਂ ਖਾਣ ਪੀਣ ਤੂੰ ਤੇਰਾ ਦੱਸਣਾ ਜ਼ਰੂਰੀ ਆ ਸਾਰਾ ਕੁਛ ਹੀ ਥੋੜਾ ਜਿਹਾ ਸਮਾਨ ਲੈਣ ਇਹਦੇ ਸਕੂਲ ਦੇ ਲਈ ਤੇ ਮਿਲਦੇ ਆ। ਚਿੰਗਮ ਖਾਣੀ ਗਾਇਸ 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 ਮੇਰੇ ਮੰਮੀ ਪਹੁੰਚ ਗਏ ਆ ਬੜੇ ਪਿੰਡ। ਅਸੀਂ ਪਹੁੰਚ ਗਏ ਆ ਬੜੇ ਪਿੰਡ ਦਾ ਲੱਗਦੇ ਆ। ਜਿੰਨੀਆਂ ਵੀ ਗੱਡੀਆਂ ਲੰਘੂਗੀਆਂ ਨਾ ਹੁਣ ਜਿੰਨੀਆਂ ਵੀ ਕਾਰਾਂ ਲੰਘਣੀਆਂ ਇੱਧਰ ਰੋਡ ਦੇ ਉੱਤੇ ਗੁਰਸੇਵਕ ਨੇ ਗੁਰਸੇਵਕ ਨੂੰ ਸਾਰੀਆਂ ਕਾਰਾਂ ਦਾ ਪਤਾ ਵੀ ਕਿਹੜੀ ਕੰਪਨੀ ਦੀ ਹੈ ਕਿਹੜੀ ਕਾਰ ਆ। ਹੁਣ ਉਹ ਸਾਹਮਣੇ ਕਾਰ ਖੜੀ ਹੁਣ ਚੱਲ ਦੱਸੋ ਕਿਹੜੀ ਆ ਕਿਹੜੀ। ਉਹ ਸਾਹਮਣੇ ਕੈਮਰਾ ਵੀ ਉੱਧਰ ਨੂੰ ਕਰ ਉਹ ਵਾਲੀ ਛੋਟੀ ਜਿਹੀ ਉਹ ਟਾਟਾ ਇਹ ਹੈਗੀ ਟਾਟਾ ਦੀ ਆ। ਕਿਹੜੀ ਆ? ਟਾਟਾ ਦੀ ਬੋਨੀ ਗੱਡੀ ਆ ਘੋੜਾ ਬਣਿਆ ਸੀ ਉੱਤੇ ਪੇਸਟੀਆਂ ਆ ਗਈਆਂ ਹਲੇ ਹੋਰ ਆਉਣੀਆਂ ਹੋਰ ਆਉਣੀਆਂ ਟਰੱਕ ਲਿਆਉਣਾ ਗੋਪਾਲ ਵਾਲੇ ਮਹਿਮਾਨ ਲੱਗੇ ਤੈਨੂੰ ਕਿੰਨੀ ਆਊਗੀ ਇਹ ਚ ਮੈਨੂੰ 160 ਆ 60 ਜ਼ਿਆਦਾ ਹਾਂ ਜ਼ਿਆਦਾ ਤੈਨੂੰ ਤਾਂ ਨਹੀਂ ਤੇ ਕੋਈ ਦੇਣੀ ਸਾਰੀਆਂ ਤੇਰੇ ਫਰੈਂਡ ਸਰਕਲ ਨੂੰ ਵੰਡਣੀਆਂ ਤੇ ਕਾ ਤੁਹਾਨੂੰ ਦੇਣੀ ਮੈਂ ਹੀ ਲੈ ਕੇ ਆਉਂਦੀ ਹਾਂ ਮੈਂ ਹੀ ਤੁਹਾਨੂੰ ਕਿਹਾ ਸੀ ਮੈਂ ਕਿਹਾ ਪੇ ਪਹੁੰਚ ਗਈਆਂ ਅਸੀਂ ਜਵਾਂ ਤੇ ਹੁਣ ਤੂੰ ਆਪਣਾ ਸਕੂਲ ਦਾ ਦੱਸੇ ਨਹੀਂ ਕਿਹੜਾ ਹੈ ਤੇਰਾ ਕਿੱਥੇ ਆ ਸਿੱਧੇ ਜਾਓ ਤੁਹਾਨੂੰ ਦਿਖਾਉਣਾ ਆ ਗਿਆ ਤੇਰੀਆਂ ਪਿੱਛੇ ਮਾਸੀਆਂ ਡਿੱਗ ਜਾਣੀਆਂ ਪੇਸਟੀਆਂ ਜਿਹੜੀਆਂ ਉਹਨੂੰ ਦੇਖ ਲੈ ਨਹੀਂ ਰਗਦੀਆਂ ਹੌਲੀ ਬਸ ਚਲਾਓ ਹੌਲੀ ਚਲਾਓ ਹਾਂ ਜਾਂ ਫਿਰ ਤੁਸੀਂ ਚੱਲ ਜਾਓ ਅੰਦਰ ਲੈ ਲਈਏ ਹੋਰ ਲੈ ਤਾਂ ਵੈਲਡਿੰਗ ਆਨ ਆਈ ਹੈ ਚਲੋ ਅੰਦਰ ਹੀ ਅੱਛਾ ਅੰਦਰ ਹੀ ਕਾਰ ਅੰਦਰ ਲੈ ਆਵਾਂ ਸਸੀ ਅੰਦਰ ਲੈ ਆਵਾਂ ਕਰਕੇ ਬਾਹਰ ਹੀ ਖੜੀ ਕਰਦਾ ਸੇ ਵੀ ਤੇਰੇ ਫਰੈਂਡ ਖੜੇ ਆ ਉੱਥੇ ਪਟੂਈ ਬਲੂ ਖੜੇ ਹਾਂ ਟੋਏ ਉਹਨੇ ਖੜੇ ਤੇ ਕੀ ਲਾਦਾ ਸਾਈਡ ਤੇ ਸਿੱਧੀ ਲਾ ਦੂੰ ਕੀ ਬੋਸ ਕਰਾਂ ਹਾਂ ਸਾਡੇ ਹੈਗਾ ਦੇਖੀ ਤੇਰੇ ਮੈਂ ਤੇਰੀਆਂ ਸ਼ਿਕਾਇਤਾਂ ਲਾਉਂਦੀ ਦੇਖੀ ਅੰਦਰ ਆਉਣ ਦੇਖੀ ਤੇਰੀਆਂ ਸ਼ਿਕਾਇਤਾਂ ਲਾਉਣ ਲੱਗ ਗਿਆ ਮੇਰੇ ਕੋਲ ਕਹਿੰਦੇ ਪਰਫੋਰਮੈਂਸ ਕਰਾਉਣੀ ਸੀ ਤੇਰੇ ਤੋਂ ਹੈ ਛੁੱਟੀਆਂ ਕਦੇ ਕੀਤੀਆਂ ਲੈ ਤੂੰ ਛੁੱਟੀਆਂ ਕਦੇ ਕੀਤੀਆਂ ਤੁਸੀਂ ਕਿਹਾ ਸੀ ਮੈਂ ਨਹੀਂ ਕੀ ਪਤਾ ਸੀ ਤੂੰ ਲੈ ਤਾਂ ਨਿਆਣੇ ਕਿੱਦਾਂ ਸੱਜ ਕੇ ਆਇਆ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਪਲਵੀ ਬੰਦ ਪਲਵੀ ਨੇ 553 ਅੰਕ ਪ੍ਰਾਪਤ ਕੀਤੇ 600 ਵਿੱਚੋਂ ਅਮਿਤ ਕੁਮਾਰ ਨੇ 548 ਅੰਕ ਪ੍ਰਾਪਤ ਕੀਤੇ 600 ਵਿੱਚੋਂ ਹਰਮਨਜੋਤ ਨੇ 526 ਅੰਕ ਪ੍ਰਾਪਤ ਕੀਤੇ ਹੈ 600 ਵਿੱਚੋਂ ਨਵਜੋਤ ਪਹਿਲਾ ਸਥਾਨ ਸਹਿਜ ਦੂਜਾ ਸਥਾਨ ਪ੍ਰਭਜੋਤ ਤੀਜਾ ਸਥਾਨ
दलगीर की धरती है क्योंकि धरती पंज दरियावां दी जिन्हों कहिंदे ने पंजाब इत्थे रिशियां मुनियां गुरुआं पीरां कीते मंत्र जाप ईदां लोहड़ियां अते दिवालियां के भगत सिंह दा चढ़ गया फांसी ते इह मुल्क आजाद हो भगत सिंह दा चढ़ गया फांसी ते इह मुल्क आजाद हो पर की पता सी उस योधे नूं कि आ कुछ मेरों बाद हो पढ़ लिख के भी रुणगे लोकी नित डिग्रियां फूकणगे रिश्वत खोरी दे सब फनियर हर कुर्सी ते चुकणगे डुबदा मुल्क बचावण दे लई हिम्मत कदे नहीं हारी जी हर दिन विच बरूद हुंदा बस लोड़ हुंदी चंगियाड़ी दी बस लोड़ हुंदी चंगियाड़ी दी। तो अपने फ्रेंड ने तो मिलाया नहीं मैनू फोटो खिचने से सच में फोटो नहीं पहले अपने फ्रेंड नु लेके आ फोटो खिचा थोड़ी आए जिससे तू एडा वड्डा तू चौथी चो ना के निक्का जिया ले आ मैं फोटो खिच दी थोड़ी मैं तो हरपाल कौर ਸੁਨੇਹਾ ਮੈਡਮ ਨਾਲ ਆ ਜਾਓ ਮੈਡਮ ਦੇ ਦੇਖੋ ਆਪਾਂ ਬੱਚਿਆਂ ਨੂੰ ਘਰ ਦੇ ਵਿੱਚ ਕੋਈ ਵੀ ਵਧੀਆ ਤੋਂ ਵਧੀਆ ਡਿਸ਼ ਬਣਾ ਕੇ ਦੇ ਦਈਏ ਜੇ ਆਪਾਂ ਪੇਸਟੀ ਵਗੈਰਾ ਨਾ ਦਈਏ ਤਾਂ ਬੱਚਿਆਂ ਦਾ ਮੂੰਹ ਉਦਾਸ ਹੀ ਰਹਿੰਦਾ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਈਓ ਜਿਹੜੇ ਬੱਚਿਆਂ ਦੇ ਹੱਥ ਵਿੱਚ ਪੇਸਟੀ ਹੈ ਮੋਸਟ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਯਾ ਤੁਮੇ ਬੈ ਜਾ ਕੇ ਕਿੰਨੀ ਜੀ ਤੁਸੀਂ ਗੱਲ ਵਗੈਰਾ ਕੌਣ ਕਰ ਚੁੱਕੇ ਹੋ ਜੋ ਮਤਲਬ ਆਪਣੇ ਇੱਕ ਮੈਂਬਰ ਸਾਹਿਬ ਬੱਚਿਆਂ ਨੂੰ ਪ੍ਰਾਈਜ਼ ਵਗੈਰਾ ਡਿਸਟ੍ਰਿਬਿਊਟ ਕਰ ਚੁੱਕੇ ਨੇ ਹੁਣ ਮਤਲਬ ਆਪਣੇ ਬਾਹਰ ਸਾਲਾ ਲੱਗੇ ਇੱਕ ਵਾਰ ਇੱਕ ਤਾਂ ਭਾਜੀ ਵੀ ਦੱਸ ਚੁੱਕੇ ਨੇ ਚਲੋ ਘਰਾਂ ਨੂੰ ਆਇਆ ਤਾਂ ਨਹੀਂ ਤੁਹਾਡਾ ਦੂਜਾ ਫਰੈਂਡ ਹੋਰ ਚਾਹ ਪੀ ਜਾਂਦਾ ਪਕੌੜੇ ਵੀ ਮੈਨੂੰ ਚਾਹ ਲਿਆ ਕਦੇ ਕਿਸੇ ਨਹੀਂ 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 ਖਾਓ ਖਾਓ ਚਲੋ ਖੜੋ ਫੋਟੋ ਖਿੱਚਾ ਮੈਂ ਤੂੰ ਪਹਿਲਾਂ ਮੈਨੂੰ ਚਾਹ ਲਿਆ ਕਦੇ ਆਹੋ ਗੁਰਸੇਵਕ ਫੋਨ ਫੜੇਗਾ ਫੋਨ ਫੜੇਗਾ ਖੇਲਦਾ ਬਾਲ ਤੇ ਤੋਂ ਵੱਜਦੀ ਨੀ ਤੁਮੀ ਖੇਡ ਲਾ ਤੁਮੀ ਖੇਡ ਤੇ ਹੁਣ ਆਪਾਂ ਤੁਹਾਨੂੰ ਮਿਲਾਉਂਦੇ ਆ ਸਕੂਲ ਦੇ ਟੀਚਰਸ ਨੂੰ ਜਿਹੜੇ ਤੁਹਾਨੂੰ ਸਕੂਲ ਦੀਆਂ ਖਾਸੀਅਤਾਂ ਬਾਰੇ ਦੱਸਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਤਲਬ ਅਸੀਂ ਜੀਪੀਐਸ ਚੌਲ ਤੋਂ ਮਤਲਬ ਸਟਾਫ ਮੈਂਬਰ ਹਾਂ ਜੀ ਅਤੇ ਅਸੀਂ ਕਹਿਣਾ ਚਾਹੁੰਦੇ ਹਾਂ ਮਤਲਬ ਸਰਕਾਰੀ ਸਕੂਲ ਦਾ ਕਾਫੀ ਜ਼ਿਆਦਾ ਮਾਹੌਲ ਇੰਪਰੂਵ ਹੋ ਗਿਆ ਕਿਉਂਕਿ ਕਾਰਨ ਕੀ ਹੈ ਆਪਣਾ ਸਕੂਲ ਸਰਕਾਰੀ ਹੈ ਬਟ ਇਹ ਇੰਗਲਿਸ਼ ਨਾਲ ਕੰਪੇਅਰ ਕਰ ਸਕਦੇ ਹਾਂ ਯਾਨੀ ਕਿ ਪ੍ਰਾਈਵੇਟ ਸਕੂਲ ਨਾਲ ਕਾਰਨ ਕਿਉਂਕਿ ਇੱਥੇ ਇੰਗਲਿਸ਼ ਮੀਡੀਅਮ ਹੈ ਇਹ ਪ੍ਰਾਇਮਰੀ ਸਕੂਲ ਹੈ ਪ੍ਰਾਇਮਰੀ 'ਚ 6 ਸਬਜੈਕਟ ਹੁੰਦੇ ਆ ਟੋਟਲ ਇੱਥੇ ਮਤਲਬ 4 ਸਬਜੈਕਟ ਬੱਚਾ ਇੰਗਲਿਸ਼ 'ਚ ਟੀਚ ਕਰ ਰਿਹਾ ਜਿਹੜੇ 2 ਰਹਿ ਗਏ ਉਹ ਲੈਂਗੁਏਜ ਰਹਿ ਗਈਆਂ ਪੰਜਾਬੀ ਐਂਡ ਹਿੰਦੀ ਹਾਂਜੀ ਸੋ ਅਸੀਂ ਚਾਹੁੰਦੇ ਹਾਂ ਮਤਲਬ ਸਾਡੇ ਨਾਲ ਵੱਧ ਤੋਂ ਵੱਧ ਬੱਚੇ ਜੋੜਨਾ ਇਹ ਸਕੂਲ ਦੀ ਮਤਲਬ ਕੁਆਲਿਟੀ ਕੀ ਹੈ ਇਹ ਸਭ ਤੋਂ ਪਹਿਲਾ ਸਕੂਲ ਸੀ ਜਲੰਧਰ ਡਿਸਟ੍ਰਿਕਟ ਦਾ ਜਿਹਦੇ 'ਚ ਮਤਲਬ ਇੰਗਲਿਸ਼ ਮੀਡੀਅਮ ਸਟਾਰਟ ਕੀਤਾ ਗਿਆ ਸੀ ਹੁਣ ਤਾਂ ਹੋਰ ਵੀ ਸਕੂਲ ਹੋ ਗਏ ਕਾਫੀ ਅਤੇ ਉਸ ਤੋਂ ਇਲਾਵਾ ਇਸ ਸਕੂਲ ਦਾ ਮਤਲਬ ਕੀ ਹੈ ਮਤਲਬ ਪਲੱਸ ਪੁਆਇੰਟ ਕਿਉਂਕਿ ਏਰੀਆ ਇੰਨਾ ਜ਼ਿਆਦਾ ਕਿਸੇ ਸਕੂਲ ਦਾ ਨਹੀਂ ਹੈਗਾ ਪ੍ਰਾਇਮਰੀ ਦਾ ਈਵਨ ਕਿ ਕਈ ਸੈਕੰਡਰੀ ਸਕੂਲ ਦਾ ਏਰੀਆ ਵੀ ਕਾਫੀ ਜ਼ਿਆਦਾ ਛੋਟਾ ਹੈ ਆਹ ਤੁਸੀਂ ਬਲੌਕ ਦੇਖ ਰਹੇ ਹੋ ਮਤਲਬ ਬਿਲਡਿੰਗ ਦਾ ਹਾਂਜੀ ਪ੍ਰਾਇਮਰੀ ਸਕੂਲ ਜਸਟ ਇੰਨਾ ਹੀ ਹੁੰਦਾ ਬਟ ਜਿਹੜਾ ਆਪਣੇ ਆਹ
ਫਿਲਹਾਲ 170 ਹੈ ਜੀ ਇੱਥੇ ਬੱਚਿਆਂ ਦੀ ਗਿਣਤੀ ਅੱਠਵੀਂ ਤੱਕ ਕਲਾਸਾਂ ਚੱਲ ਰਹੀਆਂ ਇੱਥੇ ਟੋਟਲ ਬਟ ਅਸੀਂ ਪ੍ਰੋਮਿਸ ਕਰਦੇ ਹਾਂ ਵੀ 200 ਤੋਂ ਕ੍ਰੋਸ ਕਰ ਦਾਂਗੇ ਨਿਊ ਸੈਸ਼ਨ। ਨਹੀਂ ਨਹੀਂ ਬਹੁਤ ਇੰਪਰੂਵ, ਵਧੀਆ ਬਿਲਡਿੰਗ, ਵਧੀਆ ਪ੍ਰਾਈਵੇਟ ਸਕੂਲਾਂ ਦੀਆਂ ਨਹੀਂ ਇੰਨੀਆਂ ਵਧੀਆ ਬਿਲਡਿੰਗਸ ਹੁੰਦੀਆਂ ਹੈਗੀਆਂ। ਆਹ ਦੇਖੋ ਜੀ, ਹਾਂਜੀ ਇਧਰ ਅਸੀਂ ਅੱਜ ਗ੍ਰੈਜੂਏਸ਼ਨ ਸੈਰੇਮਨੀ ਸੈਲੀਬ੍ਰੇਟ ਕਰ ਰਹੇ ਹਾਂ ਜੀ 20 ਮਾਰਚ ਨੂੰ। ਹਾਂਜੀ ਸੰਬੰਧ ਚ ਮਤਲਬ ਆਪਣਾ ਗਰਾਊਂਡ ਵਗੈਰਾ ਹੈਗਾ ਜੀ, ਬੈਡਮਿੰਟਨ ਦਾ ਬੱਚਿਆਂ ਨੂੰ ਕਰਵਾਉਣੇ ਆ। ਸੋ ਨੈਕਸਟ ਸੈਸ਼ਨ ਤੋਂ ਅਸੀਂ ਮਤਲਬ ਹੋਰ ਚੀਜ਼ਾਂ ਵੀ ਇੰਪਲੀਮੈਂਟ ਕਰਨੀਆਂ ਜੀ ਇਹਦੇ ਵਿੱਚ। ਠੀਕ ਹੈ ਜੀ, ਬਹੁਤ ਵਧੀਆ ਬਣਾ ਦਿੰਦੇ, ਬਹੁਤ ਵਧੀਆ ਸਕੂਲ ਦਾ ਜੀ। ਥੈਂਕ ਯੂ ਜੀ। ਤੇ ਹੁਣ ਬਹੁਤ ਜਣਿਆਂ ਨੇ ਇਹ ਵਲੌਗ ਦੇਖ ਕੇ ਕਹਿਣਾ ਕਿ ਤੁਸੀਂ ਆਪਣੇ ਬੇਟੇ ਨੂੰ ਪ੍ਰਾਈਵੇਟ ਸਕੂਲ ਕਿਉਂ ਨਹੀਂ ਲਾਇਆ, ਕਿਸੇ ਵਧੀਆ ਸਕੂਲ ਲਾਉਂਦੇ ਹੈ ਨਾ। ਜੇ ਤੁਸੀਂ ਆਹ ਵਲੌਗ ਪਹਿਲੋ ਗੱਲ ਚੰਗੀ ਤਰ੍ਹਾਂ ਦੇਖੋਗੇ, ਟੀਚਰਸ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਸਕੂਲ ਬਾਰੇ। ਸੋ ਹੁਣ ਸਰਕਾਰੀ ਸਕੂਲ ਪਹਿਲਾਂ ਵਰਗੇ ਨਹੀਂ ਰਹੇ। ਮੈਂ ਆਪ ਖੁਦ ਸਰਕਾਰੀ ਸਕੂਲ ਦੇ ਵਿੱਚ ਪੜ੍ਹੀ ਹਾਂ, ਸਟਾਰਟਿੰਗ ਤੋਂ ਇੰਗਲਿਸ਼ ਮੀਡੀਅਮ ਹੋ ਚੁੱਕੇ ਆ। ਸਾਰੀਆਂ ਫੈਸਿਲਿਟੀਜ਼ ਜੋ ਤੁਹਾਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਿਲਦੀਆਂ ਆ, ਵਧੀਆ ਬਿਲਡਿੰਗ, ਟੀਚਰਾਂ ਦਾ ਡਿਸਿਪਲਿਨ ਅਤੇ ਵਾਸ਼ਰੂਮ ਕਲੀਅਰ, ਸਾਰਾ ਕੁਛ ਵਧੀਆ ਜੋ ਤੁਹਾਨੂੰ ਪ੍ਰਾਈਵੇਟ ਸਕੂਲਾਂ 'ਚ ਚਾਹੀਦਾ, ਉਹ ਅੱਜ ਕੱਲ੍ਹ ਸਰਕਾਰੀ ਸਕੂਲ ਇੰਨੇ ਡਿਵੈਲਪ ਹੋ ਗਏ ਆ ਕਿ ਉਹਨਾਂ ਦੇ ਵਿੱਚ ਸਭ ਕੁਝ ਤੁਹਾਨੂੰ ਮਿਲ ਜਾਊਗਾ। ਸੋ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਫਾਲਤੂ ਦੇ ਪੈਸੇ ਖਰਾਬ ਕਰਨ ਦੀ ਲੋੜ ਆ। ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹੋ, ਕਿਉਂਕਿ ਹੁਣ ਹਰ ਕੋਈ ਚਾਹੁੰਦਾ ਆ ਵੀ ਸਰਕਾਰੀ ਜੋਬ ਸਾਨੂੰ ਮਿਲੇ, ਬਟ ਅਸੀਂ ਸਰਕਾਰੀ ਸਕੂਲ 'ਚ ਆਪਣੇ ਨਿਆਣੇ ਨਹੀਂ ਪੜ੍ਹਾਉਣੇ ਹੈਗੇ। ਦੇਖੋ ਨਿਆਣੇ ਮਤਲਬ ਜਿਨ੍ਹਾਂ ਨੇ ਪੜ੍ਹਨਾ ਹੁੰਦਾ ਉਹਨਾਂ ਨੇ ਸਰਕਾਰੀ 'ਚ ਵੀ ਪੜ੍ਹ ਲੈਣਾ, ਜਿਨ੍ਹਾਂ ਦੀ ਪੜ੍ਹਨ ਦੀ ਨੀਤ ਹੁੰਦੀ ਉਹਨਾਂ ਨੇ ਪ੍ਰਾਈਵੇਟ 'ਚ ਵੀ ਪੜ੍ਹ ਲੈਣਾ, ਅਤੇ ਸੋਰੀ ਪ੍ਰਾਈਵੇਟ 'ਚ ਵੀ ਨਹੀਂ ਪੜ੍ਹਨਾ, ਜਿਨ੍ਹਾਂ ਨੇ ਪੜ੍ਹਨਾ ਆ ਸਰਕਾਰੀ 'ਚ ਵੀ ਪੜ੍ਹ ਲੈਣਾ, ਅਤੇ ਜਿਨ੍ਹਾਂ ਨੇ ਨਹੀਂ ਪੜ੍ਹਨਾ ਉਹਨਾਂ ਨੇ ਪ੍ਰਾਈਵੇਟ ਮਹਿੰਗੇ ਸਕੂਲਾਂ 'ਚ ਵੀ ਲਾ ਲਓ, ਉਹਨਾਂ ਨੇ ਨਹੀਂ ਪੜ੍ਹਨਾ। ਸੋ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਪਿੰਡ ਵਾਲਿਆਂ ਦਾ ਸਹਿਯੋਗ ਕਰਿਆ ਕਰੋ ਆਪਣੇ ਸਕੂਲਾਂ ਦੇ ਲਈ, ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪਾਓ। ਇੱਕ ਮੌਕਾ ਜ਼ਰੂਰ ਦਿਓ ਸਰਕਾਰੀ ਸਕੂਲਾਂ ਵਾਲਿਆਂ ਨੂੰ, ਤਾਂ ਜੋ ਤੁਹਾਡੇ ਮੁੰਡੇ ਕੁੜੀਆਂ ਵਧੀਆ ਬੱਚੇ ਬਣ ਕੇ ਨਿਕਲਣ ਨਾ ਸਰਕਾਰੀ ਸਕੂਲਾਂ 'ਚੋਂ, ਹੈ ਨਾ। ਸਕੂਲ ਤੇਰਾ ਵਧੀਆ ਨਾ, ਕਿੰਨਾ ਕੁ ਵਧੀਆ ਪਲੇਅਰ ਉੱਥੇ, ਪਲੇਅਰ ਕਬੱਡੀ ਦੇ ਪਲੇਅਰ ਬਣਦੇ ਆ ਸਰਕਾਰੀ ਸਕੂਲਾਂ 'ਚ ਬਣਦੇ ਆ, ਹੈ ਨਾ। ਕੋਈ ਪ੍ਰਾਈਵੇਟ ਸਕੂਲ ਵਾਲੇ ਤਾਂ ਮੈਨੂੰ ਤਾਂ ਲੱਗਦਾ ਨਹੀਂ ਕਬੱਡੀ ਕਬੱਡੀ ਖਿਡਾਉਂਦੇ ਹੋਣਗੇ। ਤੇ ਨੰਬਰ ਦੱਸੋ। ਅੱਛਾ ਨੰਬਰ ਦੱਸ ਦਵਾਂ ਇਹਦੇ, ਹੈ ਨਾ 500 ਦੇ ਵਿੱਚੋਂ ਕਿੰਨੇ, 409 ਨੰਬਰ ਆਇਆ, ਬਹੁਤ ਆ, ਵਾਧੂ ਆ, ਵਾਧੂ ਮੁੱਕਦੇ ਹੀ ਨਹੀਂ ਹੈਗੇ, ਹੈ ਨਾ। ਹੋਰ ਉੱਥੇ ਗੇਮਸ ਆ ਸਕੂਲ ਇਹਦੇ, ਹੈ ਨਾ, ਅਤੇ ਡਿਸਿਪਲਿਨ ਵੀ ਵਧੀਆ ਆ। ਸੋ ਮੈਨੂੰ ਤਾਂ ਵਧੀਆ ਲੱਗਾ, ਸਭ ਤੋਂ ਵੱਡੀ ਗੱਲ ਬੱਚਿਆਂ ਨੂੰ ਨਾਲ ਦੇ ਪਿੰਡਾਂ ਤੋਂ ਲੈ ਕੇ ਆਉਣ ਜਾਣ ਲਈ ਉਹ ਲੱਗਾ ਹੋਇਆ ਆ, ਆਟੋ ਵਗੈਰਾ ਲੱਗੇ ਹੋਏ ਆ, ਜਿਹੜੇ ਕਿ ਅੱਜ ਕੱਲ੍ਹ ਸਰਕਾਰੀ ਸਕੂਲਾਂ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ। ਸੋ ਸਕੂਲ ਇਹਨਾਂ ਦਾ ਵਧੀਆ, ਪਿੰਡ ਜੋਲਾ, ਜ਼ਿਲ੍ਹਾ ਜਲੰਧਰ, ਅਤੇ ਸਕੂਲ ਦਾ ਨਾਮ ਕੀ ਆ? ਸਰਕਾਰੀ ਪ੍ਰਾਈਵੇਟ ਸਮਾਰਟ ਸਕੂਲ ਜੋਹਲ। ਸਮਾਰਟ ਸਕੂਲ ਹੈ ਨਾਲੇ ਜੋਹਲ। ਬਾਏ। ਬਸ ਇੱਥੇ ਸਾਡੇ ਸਕੂਲ ਦੀ ਜਰਨੀ ਖਤਮ ਹੁੰਦੀ ਆ। ਬਾਏ।